ਇੰਡੀਆ ਦੇ ਵਿੱਚ ਉਹ ਬੰਦੇ ਨੂੰ ਫੜਨ ਲੱਗ ਗਏ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਯੂਐਸਏ ਦੇ ਵਿੱਚ ਡੋਂਕੀ ਲਵਾ ਦਾਂਗੇ ਸਾਨੂੰ ਇੰਨੇ ਪੈਸੇ ਦੇ ਦਿਓ ਤੇ ਬੰਦਿਆਂ ਦੀ ਗਿਣਤੀ ਵੀ ਪੂਰੀ 108 ਹੈ ਕਿਵੇਂ ਫੜੇ ਇਹ ਸਰਕਾਰ ਨੇ ਜੀ ਕੀ ਹੁਣ ਜਿਹੜੇ ਡੋਂਕੀ ਲਵਾਉਣ ਵਾਲੇ ਏਜੰਟ ਹੈਗੇ ਆ ਉਹਨਾਂ ਨੂੰ ਸਰਕਾਰ ਆ ਫੜਿਆ ਕਰੋ ਇੰਡੀਆ ਦੀ ਇਹ ਬਿਲਕੁਲ ਬਰਾੜ ਸਾਹਿਬ ਇਸ ਵੇਲੇ ਸਰਕਾਰ ਦੇ ਧਿਆਨ ਦੇ ਵਿੱਚ ਇਹ ਮੁੱਦਾ ਹੈਗਾ ਬਹੁਤ ਜ਼ਿਆਦਾ ਪੱਖਿਆ ਹੋਇਆ ਮੁੱਦਾ ਹੈ ਤੇ ਇਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਚਾਹੇ ਕਾਮਯਾਬ ਹੋ ਜਾਂਦੇ ਨੇ ਪਰ ਜੇ ਹਜ਼ਾਰ ਬੰਦੇ ਪਿੱਛੇ ਵੀ ਇੱਕ ਬੰਦਾ ਨਹੀਂ ਕਾਮਯਾਬ ਹੁੰਦਾ ਰਸਤੇ ਦੇ ਵਿੱਚ ਡੈਥ ਹੋ ਜਾਂਦੀ ਹੈ ਤੇ ਉਹ ਇੱਕ ਮੈਡੀਕਟਨਾ ਇਸੇ ਦੇ ਚੱਲਦੇ ਹੁਣ ਇੰਡੀਅਨ ਗਵਰਨਮੈਂਟ ਨੇ ਇਹਨਾਂ ਇਮੀਗ੍ਰੇਸ਼ਨ ਠੱਗਾਂ ਨੂੰ ਫੜਨਾ ਸ਼ੁਰੂ ਕੀਤਾ ਹੈ ਮਾਮਲਾ ਉਹੀ ਹੈ ਕਿ ਯੂਐਸਏ ਨੂੰ ਡੌਂਕੀ ਲਵਾਉਣ ਦਾ ਆਈਜੀਆਈ 에어ਪੋਰਟ ਪੁਲਿਸ ਹੈ ਜਿਹੜੀ ਦਿੱਲੀ ਪੁਲਿਸ ਦਾ ਵਿੰਗ ਹੈ ਉਹਨਾਂ ਨੇ ਇਲੀਗਲ ਇਮੀਗ੍ਰੇਸ਼ਨ ਦੀ ਜੜ ਲੱਭਣ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਹੁਣ ਤੱਕ ਉਹ ਬੰਦੇ ਤਾਂ ਬਹੁਤ ਸੀ ਫੜ ਲਿਆ ਹੈ ਜਿਹੜੇ ਜਾਲੀ ਸਮਾਨ ਲੈ ਕੇ ਇੱਥੇ ਪਹੁੰਚ ਜਾਂਦੇ ਆ ਜਿਹੜੇ ਕਹਿੰਦੇ ਕਿ ਅਸੀਂ ਐਂ ਜਾਣਾ ਪਤਾ ਲੱਗ ਜਾਂਦਾ ਕਿ ਡੌਂਕੀ ਰੂਟ ਲੈ ਰਹੇ ਆ ਪਰ ਅਸੀਂ ਇਹਦੋਂ ਪਹਿਲਾਂ ਇਹਦੀ ਜੜ ਲੱਭਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਹੁਣ ਪਿਛਲੇ 6 ਮਹੀਨਿਆਂ ਦੇ ਵਿੱਚੋਂ ਜਾਂ ਜਨਵਰੀ 2024 ਜਦੋਂ ਤੋਂ ਇਹ 2 ਸਾਲ ਚੜਿਆ ਜੀ 2024 ਉਦੋਂ ਤੋਂ ਉਹਨਾਂ ਲੋਕਾਂ ਦੇ ਪਿੱਛੇ ਲੱਗੇ ਹੋਏ ਨੇ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਠੱਗ ਲੈਂਦੇ ਨੇ ਹੁਣ ਤੱਕ ਪਹਿਲੇ 6 ਮਹੀਨਿਆਂ ਦੇ ਵਿੱਚ 108 ਲੋਕ ਫੜੇ ਗਏ ਨੇ ਇਹਨਾਂ ਨੇ ਕੁਝ ਪੈਸੇਂਜਰ ਵੀ ਕਾਬੂ ਕੀਤੇ ਸੀ ਪੈਸੇਂਜਰਸ ਤੋਂ ਵੀ ਪਤਾ ਕਰਦੇ ਸੀ ਕਿ ਉਹਨਾਂ ਦੀ ਸਕ੍ਰਿਪਟ ਕੀ ਹੁੰਦੀ ਹੈ ਕਿੱਥੇ ਤੁਹਾਨੂੰ ਮਿਲੇ ਹੈ ਪੈਸੇ ਵਗੈਰਾ ਕਿਵੇਂ ਲਏ ਹੈ ਤੁਹਾਨੂੰ ਯਾਦ ਹੋਣਾ ਆਪਾਂ ਪਿਛਲੇ ਦਿਨੀ ਕੇਸ ਕੀਤਾ ਸੀਗਾ ਜੀ ਇੱਕ ਸਟੱਡੀ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਸੀਗਾ ਗੁਰੂ ਸੇਵਕ ਸਿੰਘ ਨਾਮੀ ਮੁੰਡਾ ਸੀਗਾ ਜਿਹੜਾ ਬਜ਼ੁਰਗ ਬਣ ਕੇ ਕੈਨੇਡਾ ਜਾ ਰਿਹਾ ਸੀਗਾ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਮੁੰਡੇ ਨੇ ਹੁਣ ਡੈਲੀ ਪੁਲਿਸ ਦੇ ਕੋਲ ਕਬੂਲ ਕਰ ਲਿਆ ਕਿ ਉਹ ਕੈਨੇਡਾ ਫਲਾਈ ਕਰਕੇ ਜਾਣ ਤੋਂ ਬਾਅਦ ਉਹਨੇ ਡਾਂਕੀ ਰੂਟ ਲੈਣਾ ਸੀਗਾ ਡਾਂਕੀ ਰੂਟ ਦੇ ਰਾਹੀਂ ਉਸ ਬੰਦੇ ਨੇ ਯੂਐਸਟੇ ਵਿੱਚ ਐਂਟਰ ਹੋਣਾ ਸੀਗਾ ਤੇ ਭੇਸ ਉਹਨੇ ਤਾਂ ਬਦਲਿਆ ਸੀਗਾ ਤਾਂ ਕਿ ਇੱਥੋਂ ਆ ਜਿਹੜਾ ਮੈਂ ਜਾ ਕੇ ਇਸ ਜਿਹੜੀ ਆਇਡੈਂਟੀ ਹੈਗੀ ਉਹ ਤੇ ਸੈਲਨ ਲਾ ਦੂੰਗਾ ਬਾਅਦ ਵਿੱਚ ਜਿਹੜਾ ਉਹਦਾ ਅਸਲੀ ਨਾਮ ਪਤਾ ਸੀਗਾ ਗੁਰੂ ਸੇਵਕ ਦੇ ਨਾਮ ਤੇ ਉਹਦਾ ਆਉਣ ਜਾਣ ਬਣਿਆ ਰਹੂਗਾ ਪੰਜਾਬ ਤੋਂ ਗੁਜਰਾਤ ਤੋਂ ਹਰਿਆਣੇ ਤੋਂ ਮਹਾਰਾਸ਼ਟਰ ਤੋਂ ਵੈਸਟ ਬੰਗਾਲ ਤੋਂ ਵੱਖ-ਵੱਖ ਥਾਵਾਂ ਤੋਂ ਦਿੱਲੀ ਪੁਲਿਸ ਨੇ ਜਾ ਕੇ ਇਹ ਠੱਗ ਬੰਦਿਆਂ ਨੂੰ ਅਰੈਸਟ ਕੀਤਾ ਜੀ ਇਹ ਏਜੰਟ ਜਿਹੜੇ ਆ ਵੀਜ਼ਾ ਔਨ ਅਰਾਈਵਲ ਜਿਹੜੇ ਨੇਸ਼ਨਸ ਵੱਲੋਂ ਆਫਰ ਕੀਤਾ ਜਾਂਦਾ ਹੈ ਪਹਿਲਾਂ ਉਹ ਜਿਹੜਾ ਵੀਜ਼ਾ ਲਵਾ ਦਿੰਦੇ ਆ ਉਦੋਂ ਅੱਗੇ ਗਾਂ ਹੋਰ ਟਟਵੇਂ ਪ੍ਰਬੰਧ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜਿਹੜੀ ਕੰਟਰੀ ਦੇ ਵਿੱਚ ਭੇਜਣਾ ਉੱਥੋਂ ਫਾਈਨਲ ਇੰਤਜ਼ਾਮ ਯੂਐਸਏ ਦਾ ਕਰ ਦਿੱਤਾ ਜਾਂਦਾ ਹੈ ਕਈ ਏਜੰਟ ਉਹ ਵੀ ਫੜੇ ਗਏ ਆ ਬਰਾੜ ਸਾਹਿਬ ਜਿਹੜੇ ਕਈ ਸਾਲ ਪਹਿਲਾਂ ਬੰਦਿਆਂ ਨੂੰ ਖਤਰਨਾਕ ਰੂਟ ਦੇ ਰਹੀ ਯੂਐਸਏ ਭੇਜਦੇ ਰਹੇ ਆ ਕੁਝ ਉਹ ਫੜੇ ਗਏ ਆ ਜਿਹੜੇ ਫੇਕ ਡਿਪਾਰਚਰ ਸਟੈਂਪਸ ਫੇਕ ਵੀਜ਼ਾ ਜਾਲੀ ਪਾਸਪੋਰਟ ਇਵਨ ਵਰਕ ਪਰਮਿਟ ਜਿਹੜਾ ਯੂਐਸਏ ਦਾ ਉਹ ਵੀ ਜਾਲੀ ਆਫਰ ਕਰ ਦਿੰਦੇ ਸੀਗੇ ਕੁਝ ਐਸੇ ਵੀ ਆ ਜਿਹੜੇ ਕਹਿੰਦੇ ਆ ਕਿ ਇੱਕ ਵਾਰੀ ਤੁਹਾਨੂੰ ਯੂਐਸਏ ਭੇਜ ਦੇਣਾ ਉਸ ਤੋਂ ਬਾਅਦ ਤੁਹਾਨੂੰ ਵਾਪਸ ਆਉਣ ਦਾ ਰਸਤਾ ਵੀ ਖੋਲ ਦੇਣਾ ਤੁਹਾਡੇ ਕੋਲੇ ਯੂਐਸਏ ਦਾ ਪਾਸਪੋਰਟ ਤੁਹਾਨੂੰ ਪ੍ਰੋਵਾਈਡ ਕਰਵਾ ਦਿਆਂਗੇ ਉੱਥੇ ਯੂਐਸਏ ਦੇ ਨਾਲ ਰਿਲੇਟਡ ਸਾਰੇ ਡਾਕੂਮੈਂਟ ਤੁਹਾਨੂੰ ਤਿਆਰ ਬਰ ਤਿਆਰ ਮਿਲ ਜਾਣਗੇ ਜੀ ਡਾਕਟਰ ਸਾਹਿਬ ਮੈਂ ਨਾ ਕਈ ਵਾਰੀ ਸੋਚਦਾ ਨਾ ਜਿਹੜੇ ਏਜੰਟਾਂ ਨੂੰ ਇਹ ਕਹਿ ਦਿੰਦੇ ਆ ਵੀ ਭਾਈ ਉੱਥੇ ਬਹੁਤ ਜ਼ਿਆਦਾ ਪੈਸੇ ਬਣ ਜੇ ਦਰਖਤਾਂ ਤੋਂ ਪੈਸੇ ਲੱਗ ਜਾਂਦੇ ਆ ਇੱਕ ਦਿਨ ਚ ਤੁਸੀਂ ਕਿੰਨੀ ਕਮਾਈ ਕਰ ਲੋਗੇ ਤਾਂ ਉਹਨਾਂ ਨੂੰ ਕੋਈ ਬੰਦਾ ਨਹੀਂ ਕੁਐਸਚਨ ਕਰਦਾ ਉਹਨਾਂ ਵੀ ਭਾਈ ਤੁਸੀਂ ਸਾਡੇ ਤੇ ਮੱਥਾ ਮਾਰੀ ਜਾਂਦੇ ਹੋ ਤੇ ਤੁਸੀਂ ਉੱਥੇ ਜਾ ਕੇ ਕਿਉਂ ਨਹੀਂ ਦਰਖਤਾਂ ਚੋਂ ਪੈਸੇ ਤੋੜ ਲੈਂਦੇ ਤੁਸੀਂ ਕਿਉਂ ਨਹੀਂ ਜਾਂਦੇ ਜੇ ਜਾਣਾ ਇੰਨਾ ਹੀ ਸੌਖਾ ਹੈਗਾ ਦੂਜੀ ਗੱਲ ਆ ਕਈ ਏਜੰਟ ਕਹਿ ਦਿੰਦੇ ਆ ਜੀ ਸਾਨੂੰ ਤਾਂ ਵੱਜਦਾ ਹੀ ਕੁਝ ਨਹੀਂ ਹੈਗਾ ਤਾਂ ਫਿਰ ਜੇ ਨਹੀਂ ਵੱਜਦਾ ਤਾਂ ਇਹ ਕੁਐਸਚਨ ਬੰਦੇ ਕਰਦੇ ਤਾਂ ਹੋਣੇ ਆ ਤੇ ਉੱਥੇ ਏਜੰਟਾਂ ਦਾ ਕੀ ਆਨਸਰ ਹੁੰਦਾ ਹੋਣਾ ਏਜੰਟਾਂ ਦਾ ਆਨਸਰ ਬਲੱਡ ਸਭ ਯੂਜ਼ੂਅਲੀ ਇਹ ਹੁੰਦਾ ਹੈ ਕੇ ਸਾਡੇ ਕੋਲੇ ਇੱਕ ਨਹੀਂ ਸਾਡੇ ਕੋਲੇ ਤਾਂ ਮਲਟੀਪਲ ਦੇਸ਼ਾਂ ਦੀ ਸਿਟੀਜ਼ਨਸ਼ਿਪ ਆ ਬਹੁਤੇ ਤੇ ਇਹ ਕਹਿੰਦੇ ਡੁਅਲ ਸਿਟੀਜ਼ਨਸ਼ਿਪ ਅਸੀਂ ਹੋਲਡ ਕਰਦੇ ਆ ਕੈਨੇਡਾ ਦੀ ਤੇ ਯੂ ਐਸ ਦੀ ਸਾਡੇ ਤਾਂ ਪੱਕੇ ਪ੍ਰਬੰਧ ਨੇ ਜੀ ਅਸੀਂ ਤਾਂ ਪਲੇ ਲਈ ਬੈਠੇ ਆ ਪਰਿਵਾਰ ਸਾਡੇ ਬਾਹਰ ਬੈਠੇ ਨੇ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਉੱਥੇ ਸਾਡੇ ਪਰਿਵਾਰ ਨੂੰ ਕਹਿ ਦਿਆਂਗੇ ਉਹ ਵੀ ਸਾਂਭ ਲੈਣਗੇ ਉਹਨਾਂ ਨੂੰ ਪਤਾ ਹੁੰਦਾ ਇਦਾਂ ਦੇ ਕੁਐਸਚਨ ਕਰਨ ਵਾਲੇ ਉੱਥੇ ਪਹੁੰਚ ਜਾਂਦੇ ਨੇ ਉਹ ਕਹਿੰਦੇ ਕਿ ਸਾਨੂੰ ਤੇ ਦਿੱਕਤ ਕੋਈ ਨਹੀਂ ਗਈ ਸਾਡੇ ਕੋਲ ਤੇ ਪਾਸਪੋਰਟ ਵੀ ਯੂ ਐਸ ਦਾ ਹੈਗਾ ਅਸੀਂ ਤਾਂ ਖੜੇ ਪੈਰ ਜਿਹੜੀ ਮਰਜ਼ੀ ਕੰਟਰੀ ਜਾ ਸਕਦੇ ਆ ਅਸੀਂ ਤਾਂ ਇੱਥੇ ਪਲਾ ਕਰਨ ਲਈ ਬੈਠੇ ਆ ਸਾਡੇ ਕੋਲੇ ਪੈਸਾ ਇਨਾਫਿਆ ਅਸਲੀ ਮਕਸਦ ਆ ਜਿਹੜਾ ਉਹ ਕਦੇ ਜ਼ਾਹਰ ਨਹੀਂ ਹੋਣ ਦਿੰਦੇ ਵਟਸਐਪ ਜਿਹੜੇ ਏਜੰਟ ਡੋਂਕੀ ਲਵਾਉਂਦੇ ਆ ਫਿਰ ਉਹ ਏਜੰਟ ਨਹੀਂ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਆ ਸਰਕਾਰ ਦੀਆਂ ਨਜ਼ਰਾਂ ਚ ਫਿਰ ਉਹ ਬੰਦੇ ਜੋਬ ਨਹੀਂ ਕਰਦੇ ਜਾਂ ਕੰਮ ਨਹੀਂ ਕਰਦੇ ਇਹ ਇਲੀਗਲ ਕੰਮ ਹੁੰਦਾ ਕਈ ਬੰਦੇ ਤਾਂ ਇਹ ਸੋਚਦੇ ਆ ਨਾ ਖਣੀ ਲੀਗਲ ਆ ਹੋਣਾ ਇਹ ਨਹੀਂ ਬ੍ਰਾਦਰ ਸਾਹਿਬ ਜਿਹੜੇ ਡੋਂਕੀ ਲਵਾਉਂਦੇ ਆ ਨਾ ਉਹਨਾਂ ਨੇ ਖੋਲੇ ਤਾਂ ਇਮੀਗ੍ਰੇਸ਼ਨ ਸੈਂਟਰ ਹੀ ਹੁੰਦੇ ਆ ਕਈਆਂ ਦੇ ਕੋਲੇ ਕੋਈ ਹੁੰਦਾ ਰਜਿਸਟ੍ਰੇਸ਼ਨ ਨੰਬਰ ਰਜਿਸਟਰ ਕਰਵਾਈਆਂ ਹੁੰਦੀਆਂ ਫਰਮਾਂ ਕਈਆਂ ਨੇ ਨਹੀਂ ਕਰਵਾਈਆਂ ਤੇ ਇਹ ਸਰਕਾਰ ਦੀਆਂ ਨਗਾਹਾਂ 'ਚ ਤਾਂ ਇਮੀਗ੍ਰੇਸ਼ਨ ਏਜੰਟ ਹੁੰਦੇ ਆ ਇੱਕ ਨੰਬਰ ਦਾ ਕੰਮ ਕਰ ਰਹੇ ਹੁੰਦੇ ਆ ਲੋਕਾਂ ਨੂੰ ਗਾਈਡ ਕਰ ਰਹੇ ਹੁੰਦੇ ਆ ਕੰਸਲਟੈਂਸੀ ਦੇ ਰਹੇ ਹੁੰਦੇ ਆ ਪਰ ਜਦੋਂ ਇਹ ਵੇਖ ਲੈਂਦੇ ਆ ਕਿ ਇੱਕ ਬੰਦਾ ਕੋਈ ਆ ਗਿਆ ਇਹਨਾਂ ਦਾ ਕਲਾਇੰਟ ਐਸਾ ਜਿਹਨੂੰ ਰਿਫਿਊਜ਼ਲ ਵਗੈਰਾ ਬਹੁਤ ਆ ਗਏ ਨੇ ਜਿਹਨੂੰ ਹੁਣ ਰੱਜ ਕੇ ਵਧਿਆ ਜਾ ਸਕਦਾ ਫਿਰ ਉਹਨੂੰ ਇਹ ਉਸ ਕੇਸ ਨੂੰ ਡੋਂਕੀ ਲਈ ਸਿਲੈਕਟ ਕਰਵਾ ਦਿੰਦੇ ਨੇ ਜਾਂ ਫਿਰ ਕਈ ਵਾਰੀ ਭੋਲੇ-ਭਾਲੇ ਲੋਕ ਆ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਸਟੱਡੀ ਵੀਜ਼ੇ ਦਾ ਕੋਈ ਬੈਨੀਫਿਟ ਨਹੀਂ ਹੈਗਾ ਵਰਕ ਪਰਮਿਟ ਤੁਸੀਂ ਕਿਤੋਂ ਦਾ ਅਪਲਾਈ ਕਰੋਗੇ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਇੰਨੇ ਕਿ ਰੁਪਏ ਹੋਰ ਦੇ ਦਿਓ ਜਾਂ ਡਬਲ ਕਰ ਦਿਓ ਬੱਚੇ ਤੁਹਾਡੇ ਦੀ ਲਾਈਫ ਸੈਟ ਆ ਬੱਚੇ 2-4 ਸਾਲਾਂ ਦੀ ਤੁਹਾਨੂੰ ਵੀ ਉੱਥੇ ਲੈ ਜਾਣਾ